ਲੁਧਿਆਣਾ ਦੇ ਥਾਣਾ ਜਮਾਲਪੁਰ ਅਧੀਨ ਪੈਂਦੇ ਇਲਾਕੇ ਪਾਮੀਆਂ ਕਲਾਂ 'ਚ 1 ਜੂਨ ਦੀ ਸ਼ਾਮ ਅਚਾਨਕ ਚੱਲੀ ਹਨੇਰੀ ਦੀ ਵਜ੍ਹਾ ਨਾਲ ਇੱਕ ਬਣਦੇ ਹੋਏ ਘਰ ਦੀ ਦੀਵਾਰ ਟਹਿ ਗਈ। ਦੀਵਾਰ ਗਿਰਨ ਦੇ ਚਲਦਿਆਂ ਨੇੜੇ ਹੀ ਖੇਡ ਰਹੇ ਦੋ ਬੱਚੇ ਇਸ ਦੀਵਾਰ ਦੇ ਨੀਚੇ ਆ ਗਏ। ਜਦ ਤੱਕ ਆਸ ਪਾਸ ਦੇ ਲੋਕਾਂ ਨੇ ਦੋਨਾਂ ਬੱਚਿਆਂ ਨੂੰ ਕੱਢਿਆ ਤਾਂ ਤੱਕ ਦੋਨਾਂ ਬੱਚਿਆਂ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਬੱਚੇ ਆਪਸ ਵਿੱਚ ਭੈਣ ਭਰਾ ਸਨ ਅਤੇ ਇਹਨਾਂ ਦੇ ਮਾਤਾ ਪਿਤਾ ਨੇੜੇ ਹੀ ਇੱਕ ਫੈਕਟਰੀ ਵਿੱਚ ਮਜ਼ਦੂਰੀ ਦਾ ਕੰਮ ਕਰਦੇ ਸਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਡਿੱਗੀ ਨਾ ਮਾਂ ਉਹਨਾਂ ਦੀ ਲੈਣ ਗਈ ਸੀ, ਉਹਨਾਂ ਨੂੰ ਲੈਣ ਲਈ ਭੱਜੀ ਹੈ। ਉਹਨੂੰ ਪਤਾ ਨਹੀਂ ਲੱਗਿਆ ਵੀ ਮੁੰਡਾ ਥੱਲੇ ਆ, ਕੁੜੀ ਨੂੰ ਉਹਨੇ ਕੱਢਣ ਦੀ ਕੋਸ਼ਿਸ਼ ਕੀਤੀ, ਲੇਕਿਨ ਜਦੋਂ ਦੇਖਿਆ ਨਾਲ ਹੀ ਮੁੰਡਾ ਪਿਆ ਸੀਗਾ। ਦੋਨਾਂ ਬੱਚਿਆਂ ਨੂੰ ਜਦੋਂ ਕੱਢਿਆ ਤਾਂ ਮੌਕੇ 'ਤੇ ਹੀ ਉਹ ਡੈਡ ਸੀਗੇ। ਪੁਲਿਸ ਆਈ, SHO ਸਾਹਿਬ ਖੁਦ ਮੌਕੇ 'ਤੇ ਆਏ। ਉਹ ਆਏ, ਉਹਨਾਂ ਨੇ ਜੋ ਕਾਨੂੰਨੀ ਕਾਰਵਾਈ ਬਣਦੀ ਸੀਗੀ ਉਹਦਾ ਨੰਬਰ ਸਾਰੇ ਲੈ ਕੇ ਗਏ ਹੈ। ਸਿਵਲ ਹਸਪਤਾਲ ਬੋਡੀਆਂ ਨੂੰ ਭੇਜ ਦਿੱਤਾ। ਉਹ ਕਹਿੰਦੇ ਹੁਣ ਸਿਵਲ ਹਸਪਤਾਲ ਤੋਂ ਜਦੋਂ ਬੱਚਿਆਂ ਦੇ ਫਾਦਰ ਆਣਗੇ ਉਹਨਾਂ ਦੇ ਬਿਆਨ ਲੈ ਕੇ ਜੋ ਕਾਰਵਾਈ ਬਣੂਗੀ ਹੋ ਜਾਏਗੀ। ਫਾਦਰ ਕਿਸੇ ਫੈਕਟਰੀ 'ਚ ਲੇਬਰ ਜੋਬ ਕਰਦਾ ਹੈ ਅਤੇ ਮਦਰ ਜਿਹੜੀ ਹੈ ਚਾਹ ਦੀ ਦੁਕਾਨ ਕਰਦੀ ਹੈ ਅਤੇ ਲੋਕਾਂ ਨੂੰ ਚਾਹ ਪਿਲਾਉਂਦੀ ਹੈ। ਜਿਹੜੇ ਆ ਮਕਾਨ ਬਣਦੇ ਪਏ ਆ ਇਹਦੇ ਸਿਰ 'ਤੇ ਇਹਨਾਂ ਦਾ ਗੁਜ਼ਾਰਾ ਹੁੰਦਾ। ਦੇਖੋ ਵੱਧ ਤੋਂ ਵੱਧ ਮਦਦ, ਅਸੀਂ ਤਾਂ ਡੀਲਰ ਐਸੋਸੀਏਸ਼ਨ ਜਿਹੜੀ ਇੱਥੇ ਦੀ ਹੈਗੀ ਹੈ ਉਹ ਕਹਿੰਦੇ ਸੀ ਅਸੀਂ ਆਪਣੇ ਵੱਲੋਂ ਵੀ ਮਦਦ ਕਰਾਂਗੇ, ਮੁਹੱਲੇ ਵਾਲੇ ਵੀ ਲੋਕ ਕਹਿੰਦੇ ਸੀ ਅਸੀਂ ਮਦਦ ਕਰਾਂਗੇ। ਬਾਕੀ ਹੁਣ ਜਿਹੜਾ ਜਿਹਦੇ ਦੀਵਾਰ ਡਿੱਗੀ ਹੈ ਉਹ ਹੁਣ ਆਉਂਦਾ ਸਾਹਮਣੇ ਤਾਂ ਉਹਨੂੰ ਕਹਾਂਗੇ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ। ਗਰੀਬ ਬੰਦੇ ਇਹਨਾਂ ਦੇ ਬੱਲੇ ਤਾਂ ਵਿਚਾਰੇ ਨੇ ਕੁਛ ਹੈ ਨਹੀਂ। ਪਰਚਾ ਤਾਂ ਜੋ ਕਾਰਵਾਈ ਕਾਨੂੰਨੀ ਹੁੰਦੀ ਹੈ ਉਹ ਤਾਂ ਕਰੂਗੀ, ਉਹ ਤਾਂ ਪੁਲਿਸ ਕਰੇਗੀ ਜੀ। ਮੁਆਵਜ਼ਾ ਜਿੰਨਾ ਵੱਧ ਤੋਂ ਵੱਧ ਹੈ ਉਹਨਾਂ ਦਿੱਤਾ ਜਾਵੇ। ਪਹਿਲਾਂ ਇੱਕ ਆਸ ਸੀਗੀ ਉਹਨਾਂ ਨੂੰ, ਬੇਟੇ ਦੀ ਬੰਦਾ ਉਸ ਆਸ 'ਚ ਜਿੰਦਾ ਪਿਆ ਸੀਗਾ, ਪਰ ਇਸ ਟਾਈਮ ਉਹਨਾਂ ਦੀ ਉਮੀਦ ਚਲੇ ਗਈ ਹੈ। ਹੁਣ ਮਾਪਿਆਂ ਨੂੰ ਹੁਣ ਕਿੱਦਾਂ ਸਾਰਨਾ, ਆਪਣੀ ਜ਼ਿੰਦਗੀ ਕਿੱਦਾਂ ਕੱਟਣੀ ਹੈ, ਅਤੇ ਹੁਣ ਬੱਚਾ ਤਾਂ ਆ ਨਹੀਂ ਸਕਦਾ, ਪਰ ਘੱਟੋ ਘੱਟ ਉਹਦੇ ਲਾਲਣ ਪੋਸ਼ਣ ਵਾਸਤੇ ਜਿਹੜੀ ਇੱਕ ਗੁੜੀ ਰਹਿ ਗਈ ਹੈ ਉਹਦੇ ਵਾਸਤੇ ਘੱਟੋ ਘੱਟ ਇਹਨਾਂ ਨੂੰ ਉੱਚਿਤ ਮਾਨਦੰਡ ਜਿਹੜਾ ਬਣਦਾ ਹੋਇਆ ਉਹ ਦਿੱਤਾ ਜਾਵੇ ਇਹਨਾਂ ਨੂੰ। ਹਾਂਜੀ, 3 ਬੱਚੇ ਸੀਗੇ, ਹੁਣ ਇੱਕ ਗੁੜੀਆ ਰਹਿ ਗਈ ਹੈ, ਬਾਕੀ 2 ਬੱਚੇ ਉਹਨਾਂ ਐਕਸਪਾਇਰ ਕਰ ਗਏ ਨੇ। ਅਸੀਂ ਮੰਗ ਕਰਦੇ ਸਰਕਾਰ ਤੋਂ ਕਿ ਇਹਦੇ ਉੱਪਰ ਉੱਚਿਤ ਕਾਰਵਾਈ ਬਣ ਕੇ ਉੱਚਿਤ ਮੁਆਵਜ਼ਾ ਦਿੱਤਾ ਜਾਵੇ, ਠੀਕ ਹੈ ਜੀ। ਅਤੇ ਦੂਜੀ ਗੱਲ ਅਤੇ ਸਭ ਤੋਂ ਮੇਨ ਗੱਲ ਇਹ ਆ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਹੁਣ ਇਹ ਮਿਲਾਵਟੀ ਕੰਮ ਕਰ ਰਹੇ ਨੇ, ਜਿੰਨੇ ਵੀ ਹੈ ਡੀਲਰ ਐਸੋਸੀਏਸ਼ਨ ਜਾਂ ਜੋ ਵੀ ਆਪਣਾ ਕੰਮ ਬਣਾ ਕੇ ਵੇਚ ਨੇ, ਥੋੜ੍ਹਾ ਇਹਨਾਂ ਉੱਪਰ ਸਖਤਾਈ ਕੀਤੀ ਜਾਵੇ। ਪ੍ਰਸ਼ਾਸਨ ਇਹਨਾਂ ਉੱਪਰ ਜਿਹੜੀ ਲਾਪਰਵਾਹੀ ਕਰਕੇ ਪਰਮਿਸ਼ਨ ਦੇਈ ਜਾਂਦੇ ਨੇ ਬਗੈਰ ਕਿਸੇ ਗੱਲ ਤੋਂ, ਘੱਟੋ ਘੱਟ ਤੁਸੀਂ ਜੇ ਕਾਰਪੋਰੇਸ਼ਨ ਅਸੀਂ ਪ੍ਰੋਪਰਟੀ ਟੈਕਸ ਭਰਦੇ ਹਾਂ ਜਾਂ ਬਾਕੀ ਚੀਜ਼ਾਂ ਭਰਦੇ ਪਏ ਹਾਂ, ਤਾਂ ਅਸੀਂ ਚਾਹੁੰਦੇ ਹਾਂ ਕਿ ਕਾਰਪੋਰੇਸ਼ਨ ਵੀ ਆਪਣੀ ਜ਼ਿੰਮੇਦਾਰੀ ਸਮਝਦੇ ਹੋਏ ਪ੍ਰੋਪਰ ਲੀਗਲ ਐਕਸ਼ਨ ਤਰੀਕੇ ਨਾਲ ਕੰਮ ਕਰੇ ਅਤੇ ਪ੍ਰੋਪਰ ਆ ਕੇ ਕੁਆਲਿਟੀ ਵਾਈਜ਼ ਸਾਰਾ ਚੈੱਕ ਕਰਕੇ ਜਾਣ। ਜਿਤਨੀ ਲਾਪਰਵਾਹੀ ਜੋ ਮਕਾਨ ਬਣ ਰਿਹਾ ਹੈ, ਸਾਰੀ ਲਾਪਰਵਾਹੀ ਮਕਾਨ ਵਾਲੇ ਕੀ ਹੈ। ਮੰਨ ਲੀਜੀਏ ਬੱਚੇ ਖੇਲਦੇ ਕੋਈ ਜ਼ਿਆਦਾ ਦੇਰੀ ਨਹੀਂ ਆਈ ਸੀ, ਲੇਕਿਨ ਉਸ ਦੇਰੀ ਮੇ ਬੱਚੇ ਮਾਰੇ ਗਏ ਹੈ, ਸਾਰੀ ਲਾਪਰਵਾਹੀ ਮਕਾਨ ਵਾਲੇ ਕੀ। ਸਰ, ਇਸ ਉੱਪਰ ਸਖ਼ਤ ਸੇ ਸਖ਼ਤ ਕਾਰਵਾਈ ਹੋਣੀ ਚਾਹੀਏ। ਬਿਊਰੋ ਰਿਪੋਰਟ, ਲੁਧਿਆਣਾ ਵਿਊ।